ਕਾਰਨ ਝਗੜੇ ਦਾ ਕੋਈ ਨਹੀਂ ਜੀ, ਇੱਕ ਤਾਂ ਪੁਰਾਣੀ ਰੰਜਿਸ਼ ਸੀਗੀ ਜਿਹ 'ਚ ਆਪਸ 'ਚ ਪਹਿਲਾਂ ਵੀ ਲੜੇ ਹੈ, ਤੋਂ 6 ਮਹੀਨੇ ਪਹਿਲਾਂ ਉਹਦਾ ਰਾਜ਼ੀਨਾਮਾ ਹੋ ਗਿਆ। ਉਹਦੇ ਬਾਅਦ ਇਹ ਰਾਤੀ ਬੇਟੇ ਮੇਰੇ ਭਤੀਜਾ ਘਰ ਆ ਰਿਹਾ ਸੀ ਆਪਣੇ ਕੰਮ ਤੋਂ, ਅਤੇ ਇਹਨਾਂ ਨੇ ਪਿੱਛੋਂ ਲਿਆ ਕੇ ਐਕਟਿਵਾ ਮਾਰੀ ਅਤੇ ਉੱਥੇ ਤੂੰ ਮੈਂ ਹੋਈ ਅਤੇ ਭਤੀਜਾ ਚਲੋ ਜੀ ਲੜਾਈ ਝਗੜਾ ਫੇਰ ਕੇ ਲੋਕਾਂ ਨੇ ਵਿੱਚ ਪੈ ਕੇ ਛੁਡਾ ਤਾ, ਭਤੀਜਾ ਮੇਰਾ ਘਰ ਆ ਗਿਆ। ਉਹਦੇ ਬਾਅਦ ਇਹ 10 ਤੋਂ 20 ਮੁੰਡੇ ਲੈ ਕੇ ਸਾਡੇ ਘਰ ਆਉਣ ਪਏ ਆ, ਜਿਹ 'ਚ ਇਹਨਾਂ ਨੇ ਆ ਕੇ ਸਾਡੇ ਗੇਟ 'ਤੇ ਕਿਰਪਾਨਾਂ ਮਾਰੀਆਂ, ਦਾਤਰ ਮਾਰੇ ਆ, ਇੱਟਾਂ ਚਲਾਈਆਂ ਵਾ ਸਾਡੇ ਘਰ, ਇੱਟਾਂ ਇੰਨੀਆਂ ਖਿਲਰੀਆਂ ਵਾ ਸਾਡੇ ਘਰੋਂ ਜਾਨੋਂ ਮਾਰਨ ਦੇ ਨੁਕਸਾਨ ਹੋ ਸਕਦਾ ਸੀ ਜਿੰਨੀ ਇਹਨਾਂ ਨੇ ਇੱਟ ਚਲਾਈ ਆ। ਕੀ ਨਾਮ ਕੀ ਸਾਰਿਆਂ ਦੇ? ਨਾਮ ਜੀ ਇੱਕ ਦਾ ਨਾਮ ਜੇ ਦੇਵ ਕਾਸ਼ੀ, ਜਿਨ੍ਹਾਂ ਤੋਂ ਮੇਨ ਰੰਜਿਸ਼ ਸੀ, ਜਿਨ੍ਹਾਂ ਨਾਲ ਮੇਨ ਲੜਾਈ, ਅਤੇ ਇੱਕ ਨੰਦੂ ਨਾਂਦੂ, ਇਹ 4-5 ਮੁੰਡੇ ਤਾਂ ਮੇਨ ਆ, ਬਾਕੀ ਅਸੀਂ ਕਿਸੇ ਨੂੰ ਨਹੀਂ ਜਾਣਦੇ, ਬਾਕੀ ਅਣਪਛਾਤੇ ਬੰਦੇ ਸੀਗੇ ਜੀ, ਉਹ ਇਹ ਸਾਰਿਆਂ ਨੂੰ ਇਹ ਜਾਣਦੇ ਆ ਜੀ। ਝਗੜਾ ਕਿੰਨੇ ਵਜੇ ਹੋਇਆ ਤੁਹਾਡਾ? ਝਗੜਾ ਸਰ ਰਾਤੀ 2 ਵਾਰੀ ਪਏ ਜੀ, ਇੱਕ ਵਾਰੀ ਪਹਿਲਾਂ 10:30 ਵਜੇ ਪਏ ਆ, ਇੱਕ ਵਾਰ ਰਾਤੀ 12 ਵਜੇ ਪਏ ਆ ਜੀ। ਦੋਵਾਂ ਵਾਰੀ ਇੱਟਾਂ ਚਲਾ ਕੇ ਗਏ, ਦਾਤਰ ਮਾਰ ਕੇ ਗਏ, ਲਲਕਾਰੇ ਮਾਰਨ ਡੇ ਸੀ, ਹਵਾਈ ਫਾਇਰ ਵੀ ਕੱਢੇ ਆ, ਜਿਹਦੀ CCTV ਕੈਮਰੇ ਸਾਡੇ ਕੋਲ ਹੈਗੇ ਆ, ਅਤੇ ਜੋ ਅਸੀਂ ਪੁਲਿਸ ਨੂੰ ਵਿਖਾਏ ਵੀ ਆ। ਹੁਣ ਪੁਲਿਸ ਵਾਲੇ ਉਹਨਾਂ ਦੇ ਵੱਲ ਗਏ ਆ, ਰਾਤ 115 ਅਤੇ 112 'ਤੇ ਕੰਪਲੇਂਟ ਲਿਖਾਉਣ 'ਤੇ ਕੋਈ ਪੁਲਿਸ ਵਾਲਾ ਨਹੀਂ ਆਇਆ, ਰਾਤ ਅਸੀਂ 4 ਵਾਰੀ ਕੰਪਲੇਂਟ ਲਿਖਾਈ ਹੈ, ਕੋਈ ਮੌਕੇ 'ਤੇ ਮੁਲਾਜ਼ਮ ਨਹੀਂ ਪਹੁੰਚਿਆ। ਜੇ ਰਾਤ ਕੋਈ ਨੁਕਸਾਨ ਹੋ ਜਾਂਦਾ ਤਾਂ ਮੁਲਾਜ਼ਮ ਫਿਰ ਜ਼ਿੰਮੇਵਾਰ ਤਾਂ ਮੁਲਾਜ਼ਮ ਹੀ ਸੀਗੇ। ਕਿੰਨੇ ਵਾਰੀ ਫੋਨ ਕੀਤਾ ਸੀ ਮੁਲਾਜ਼ਮ? ਅਸੀਂ ਮੁਲਾਜ਼ਮਾਂ ਨੂੰ 4 ਵਾਰੀ ਫੋਨ ਕੀਤਾ ਜੀ। ਅਤੇ ਪੰਜਾਬ ਸਰਕਾਰ ਤੋਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ? ਪ੍ਰਸ਼ਾਸਨ ਤੋਂ ਅਸੀਂ ਇਹੋ ਮੰਗ ਕਰਦੇ ਹਾਂ ਕਿ ਪੰਜਾਬ ਪੁਲਿਸ ਵਾਲਿਆਂ ਨੂੰ ਪਬਲਿਕ ਦੀ ਹੈਲਪ ਵਾਸਤੇ ਰੱਖਿਆ ਹੈ, ਅਤੇ ਪਬਲਿਕ ਦੀ ਹੈਲਪ ਕਰਨੀ ਚਾਹੀਦੀ ਹੈ, ਜਦਕਿ ਇਹੋ ਜਿਹੀ ਵਾਰਦਾਤ ਹੁੰਦੀ ਹੈ ਅਤੇ ਫੋਨ ਆਉਂਦਾ ਹੈ ਅਤੇ ਪਹੁੰਚਣਾ ਚਾਹੀਦਾ ਉੱਥੇ, ਜਦਕਿ ਉਦੋਂ ਪਹੁੰਚਣ ਕਿ ਜਦੋਂ ਕੋਈ ਨੁਕਸਾਨ ਹੋ ਜਾਵੇ। ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਚਾਹੁੰਦੇ ਹਾਂ ਕਿ ਸਾਡੇ ਬੱਚੇ ਬਾਹਰ ਅੰਦਰ ਜਾਂਦੇ ਨੇ, ਰਾਤ ਹਨੇਰੇ ਸਵੇਰੇ ਆਉਂਦੇ ਨੇ, ਜੇ ਕੱਲ੍ਹ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਆਹ ਮੁੰਡੇ ਜਿਹੜੇ ਐਲੀਗੇਸ਼ਨ ਜਿਨ੍ਹਾਂ ਦੇ ਆਪਾਂ ਲਾਏ ਨੇ, ਜੋ ਵੀ ਆ ਉਹ ਮੁੰਡੇ ਵਾਰਦਾਤ ਜੋ ਵੀ ਵਾਰਦਾਤ ਕਰਦੇ ਨੇ ਤਾਂ ਉਹ ਮੁੰਡੇ ਜ਼ਿੰਮੇਵਾਰ ਹੋਣਗੇ। ਹਾਂਜੀ, ਕੀ ਨਾਮ ਜੀ ਤੁਹਾਡਾ? ਅੰਮ੍ਰਿਤਪਾਲ ਸਿੰਘ ਜੀ। ਕਿੱਥੋਂ ਰਹਿਣ ਵਾਲੇ? ਮੈਂ ਰਾਮਪ੍ਰੀਤ ਰੋਡ ਪਿੰਡ ਮਾਲਦਾ। ਝਗੜੇ ਦਾ ਕਾਰਨ ਕੀ ਹੈ? ਝਗੜੇ ਦਾ ਕਾਰਨ ਜੀ, ਇਹ ਆਉਂਦੇ ਘਰ ਕਿ ਇਹਨਾਂ ਨੇ ਪਿੱਛੋਂ ਲਿਆ ਕੇ ਐਕਟਿਵਾ ਮਾਰੀ, ਇਹਨਾਂ ਦੇ ਪੁਰਾਣਾ ਕਦੇ ਪਹਿਲੇ ਵੀ ਹੋਇਆ ਸੀ ਕਿਤੇ ਉਸੇ ਰੰਜਿਸ਼ ਦੇ ਵਿੱਚ, ਇਹਨਾਂ ਨੇ ਐਕਟਿਵਾ ਮਾਰ ਕੇ ਅਤੇ ਮੁੰਡੇ ਘਰ ਆ ਗਏ ਆਪਣੇ, ਅਤੇ ਇਹਨਾਂ ਨੇ ਮਗਰੋਂ ਹੀ ਆ ਗਏ 20-25 ਮੁੰਡੇ ਆਏ, ਇਹਨਾਂ ਨੇ ਕਿਰਪਾਨਾਂ ਦਾਤਰ ਵਗੈਰਾ ਬੂਹੇ 'ਤੇ ਚਲਾਉਣ ਲੱਗ ਗਏ, ਮੁੰਡੇ ਦੇ ਅੰਦਰ ਵੜ ਲਏ ਉਦੋਂ ਆਪਾਂ, ਅਤੇ ਇੱਟਾਂ ਉੱਟੋਂ ਚਲਾ ਗਏ ਅਤੇ ਵਾਹਵਾ ਜ਼ਿਆਦਾ ਲਲਕਾਰੇ ਮਾਰਦੇ ਰਹੇ, ਉੱਤੋਂ ਉਹਨਾਂ ਨੇ ਫਾਇਰ ਵੀ ਕੱਢੇ, ਕਹਿੰਦੇ ਬਾਹਰ ਨਿਕਲ ਤੈਨੂੰ ਜਾਨੋਂ ਮਾਰਨਾ। ਗਾਲਾਂ ਬੜੀਆਂ ਕੱਢੀਆਂ ਜੀ, ਧਮਕੀਆਂ ਲਾਉਣ ਦੇ, ਗਾਲਾਂ ਕੱਢਣ ਦੇ ਸੀ, ਅਤੇ CCTV ਦੀ ਵੀਡੀਓ ਸਾਡੇ ਕੋਲ ਹੈਗੀ ਆ। ਦੋ ਵਾਰੀ ਹੋਇਆ ਜੀ, ਦੂਜੀ ਵਾਰੀ ਫਿਰ ਆਏ ਸੀ ਰਾਤ, ਫਿਰ ਇੱਟੇ ਰੋੜੇ ਚਲਾਏ, ਇੱਟਾਂ ਰੋੜੇ ਕਿਰਪਾਨਾਂ ਪੂਨਾ ਫਿਰ ਲੈ ਕੇ ਆਏ, ਫਿਰ ਚਲਾਈਆਂ ਉਹਨਾਂ ਨੇ। ਇਹ ਆਂਢੀ ਗੁਆਂਢੀ ਵੀ ਹਲੇ ਨਾਲ ਹੀ ਉਹਨਾਂ ਨੂੰ ਪਤਾ ਸਾਰਾ। ਪੁਲਿਸ ਆਈ ਮੌਕੇ 'ਤੇ ਫਿਰ ਰਾਤੀ? ਪੁਲਿਸ ਕੋਈ ਮੌਕੇ 'ਤੇ ਪਹੁੰਚੀ ਨਹੀਂ ਜੀ। ਹੁਣ ਆਈ ਸਵੇਰੇ? ਹੁਣ ਆਈ ਪੁਲਿਸ, ਉਹ ਵੀ ਕੰਮੋ ਥਾਣੇ ਰਿਪੋਰਟ ਲਿਖਾ ਗਿਆ, ਹੁਣ ਆਈ ਪੁਲਿਸ, ਹੁਣ ਉਹਨਾਂ ਵੱਲ ਗਈ ਹੈ ਜੀ। ਅਤੇ ਕੀ ਮੰਗ ਕਰਦੇ? ਮੰਗ ਆਪਾਂ ਇਨਸਾਫ ਚਾਹੀਦਾ ਜੀ।
ਕੱਲ੍ਹ ਨੂੰ ਇਹ ਮਤਲਬ ਬੱਚਿਆਂ ਨੇ ਇਕੱਲੇ ਵੀ ਆਉਣਾ ਹੁੰਦਾ ਅਤੇ ਕੱਲ੍ਹ ਨੂੰ ਇਹ ਕਿ ਜਦੋਂ ਮਰਜ਼ੀ ਆ ਕੇ ਉਹਨੂੰ ਰਸਤੇ 'ਤੇ ਪੈ ਜਾਂਦਾ, ਕੱਲ੍ਹ ਨੂੰ ਕੋਈ ਵੀ ਵਾਰਦਾਤ ਕੋਈ ਕਰ ਗਿਆ, ਜਿਹੜੇ ਨਾਂ ਲਿਖਾਏ ਆਪਾਂ ਜਿਹੜੇ ਹੈਗੇ ਸੀ, ਇਹਨਾਂ ਨੂੰ ਇਹ ਉਹਨਾਂ ਕੋਲ ਪੁੱਛਿਆ ਜਾਏਗਾ। ਹਾਂਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਮਹਾਂਵੀਰ ਸਿੰਘ। ਕਿੱਥੋਂ ਦੇ ਰਹਿਣ ਵਾਲੇ? ਮਾਲਾ ਦੇ। ਅਤੇ ਕੀ ਗੱਲ ਹੋਈ ਜਿਹੜਾ ਤੁਹਾਡਾ ਨਾਲ ਝਗੜਾ? ਰਾਤੀ ਮੈਂ ਮੁੰਡੇ ਨੂੰ ਘਰੇ ਛੱਡ ਕੇ ਉਹਨੂੰ, ਅਤੇ ਮੈਂ ਉੱਧਰੋਂ ਘਰੇ ਆ ਰਿਹਾ ਸੀ ਅਤੇ ਇਹਨਾਂ ਨੇ ਪੀਤੀ, ਇਹ ਰਾਜੇ ਲੱਗ ਦਿਆ ਐਕਟਿਵਾ ਵਿੱਚ ਮਾਰਤੀ ਇਹਨਾਂ ਲਿਆ ਕੇ। ਕੌਣ ਕੌਣ ਸੀ? ਕੀ ਨਾਮ? ਕਾਸ਼ੀ ਸੀ, ਦੇਵ ਸੀ ਅਤੇ ਨਾਗੂ ਸੀ, ਇਹ ਤਿੰਨ ਜਣੇ ਸੀ ਅਤੇ ਬਾਕੀ ਮੁੰਡੇ ਬਾਹਰ ਦੇ ਹੀ, ਉਹ ਬਾਅਦ 'ਚੋਂ ਫਿਰ ਮਗਰ ਉਹਨਾਂ ਦੇ ਆ ਗਏ ਅਤੇ ਉੱਥੇ ਬਹਿਸ ਵਸਾਈ ਹੋਈ ਅਤੇ ਬਾਅਦ ਅਸੀਂ ਘਰੇ ਆ ਗਏ ਦੋਨੇ ਮੁੰਡੇ ਅਤੇ ਘਰੇ ਆ ਗਏ ਅਤੇ ਘਰੇ ਵਾਲੇ ਬੜੇ ਅੰਦਰ ਪਾਣੀ ਪੂਣੀ ਪੀਤਾ ਅਤੇ ਬਾਅਦ ਫਿਰ ਮੁੰਡੇ ਲਿਆ ਕੇ ਬਾਅਦ ਨਾਲ ਹੀ ਮਗਰ ਆ ਗਿਆ। ਫਿਰ ਇਹਨਾਂ ਨੇ ਇੱਟ ਉੱਟ ਬੜੀ ਦਾਤਰ ਦੇ ਉੱਤਰ ਚਲਾਏ ਅਤੇ ਆਵਾਜ਼ਾਂ ਮਾਰਦੇ ਸੀ, ਕਹਿੰਦੇ ਬਾਹਰ ਆਓ, ਵੇਖਣਾ ਤੁਹਾਨੂੰ ਇਹ ਆ ਉਹ ਆ, ਅਤੇ ਬਾਅਦ 'ਚੋਂ ਫੋਨ ਵੀ ਕਰਦੇ ਸੀ ਬਾਅਦ ਵਿੱਚ। ਹਾਂਜੀ, ਧਮਕੀਆਂ ਦੇ ਦਿੰਦੇ ਸੀ, ਕਹਿੰਦੇ ਬਾਹਰ ਆਓ, ਕਹਿੰਦਾ ਅੱਡੇ 'ਤੇ ਆਓ, ਕਹਿੰਦਾ ਵੇਖਣਾ ਤੁਹਾਨੂੰ। ਉੱਥੇ ਉਹਦੇ ਮੁਹੱਲੇ ਮੁਹੱਲੇ ਵਾਲਿਆਂ ਨੇ ਮਿਲ ਮੁਲ ਕੇ ਛਡਾ ਛਡੂ ਦਿੱਤਾ ਸੀ ਨਾ, ਅਤੇ ਉਦੋਂ ਫਿਰ ਅਸੀਂ ਘਰੇ ਆ ਗਏ, ਅਸੀਂ ਹਲੇ ਆ ਕੇ ਪਾਣੀ ਪੂਣੀ ਪੀਤਾ ਅਤੇ ਫਿਰ ਮਗਰੋਂ 30-25 ਜਣੇ ਆ ਗਏ। ਹਾਂਜੀ, ਕਹਿੰਦੇ ਇਹਨਾਂ ਇੱਕ 12 ਵਜੇ ਪਹਿਲੇ ਪਏ ਅਤੇ ਬਾਅਦ 'ਚੋਂ ਫਿਰ 1 ਵਜੇ ਰਾਤੀ ਫਿਰ 1 ਵਾਰੀ ਆਏ, 2 ਵਾਰੀ ਆਏ। ਅਤੇ ਕੀ ਮੰਗ ਕਰਦੇ? ਮੰਗ ਆ ਉਹ ਇਨਸਾਫ਼ ਚਾਹੀਦਾ ਭਾਅ ਜੀ। ਜੇ ਤੁਹਾਡੇ ਪਰਿਵਾਰ ਨੂੰ ਕੁਛ ਹੁੰਦਾ, ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਉਹੀ ਹੋਣਗੇ, ਕਿਉਂਕਿ ਰਾਤੀ 9 ਵਜੇ ਆਉਣਾ ਹੁੰਦਾ, ਰਾਤੀ ਕੰਮ ਤੋਂ 9-10 ਵਜੇ ਅਤੇ ਤਦ ਕਰਕੇ ਲੇਟ ਲੁਟ ਕੇ ਯਾਰ ਲੇਟ ਹੋ ਜਾਂਦਾ,